ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਲਿਆ। ਆਜ ਰਾਤ 12 ਵਜੇ ਸੇ ਘਰੋਂ ਸੇ ਬਾਹਰ ਨਿਕਲਨੇ ਪਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਪੰਜਾਬ ਮੇਂ ਕੋਰੋਨਾ ਮਰੀਜ਼ੋਂ ਕੀ ਸੰਖਿਆ ਬੜ ਗਈ ਹੈ, 46 ਹੋ ਗਈ ਹੈ। ਅੰਮ੍ਰਿਤਸਰ ਮੇਂ ਏਕ ਔਰ ਸ਼ਖਸ ਕੋ ਕੋਰੋਨਾ ਹੁਆ ਹੈ, ਅੰਮ੍ਰਿਤਸਰ ਹਸਪਤਾਲ ਮੇਂ ਭਰਤੀ ਕਰਵਾਇਆ ਗਿਆ ਹੈ ਇਹ ਸ਼ਖਸ। ਇਸ ਵੇਲੇ ਦੀ ਵੱਡੀ ਖਬਰ, ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਕੇਸ ਪੋਜ਼ਿਟਿਵ ਪਾਏ ਗਏ ਨੇ। ਇੱਕ ਕੇਸ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ 75 ਸਾਲ ਦੀ ਮਹਿਲਾ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਪਾਈ ਗਈ ਹੈ। ਹੱਥ ਜੋੜ ਤੇਰੇ ਅੱਗੇ ਕਰਾਂ ਅਰਦਾਸ, ਮੈਂ ਤੇਰੇ ਬਿਨਾਂ ਹੋਰ ਦੱਸ ਰੱਖਾਂ ਕੀ ਤੇ ਆਸ। ਮੈਂ ਹੱਥ ਜੋੜ ਤੇਰੇ ਅੱਗੇ ਕਰਾਂ ਅਰਦਾਸ, ਮੈਂ ਤੇਰੇ ਬਿਨਾਂ ਹੋਰ ਦੱਸ ਰੱਖਾਂ ਕੀ ਤੇ ਆਸ। ਮੈਂ ਤੇਰੇ ਬਿਨਾਂ ਕੋਈ ਮਿਲੇ ਨਾ ਸਹਾਰਾ, ਗਲਤੀ ਜੇ ਹੋਈ ਕੋਈ ਬੱਚਿਆਂ ਨੂੰ ਮਾਫ ਕਰੀ, ਤੇਰੇ ਅੱਗੇ ਕੀ ਹੈ ਕਰੋਨਾ ਮਾਲਕਾ। ਗਲਤੀ ਜੇ ਹੋਈ ਕੋਈ ਬੱਚਿਆਂ ਨੂੰ ਮਾਫ ਕਰੀ, ਤੇਰੇ ਅੱਗੇ ਕੀ ਹੈ ਕਰੋਨਾ ਮਾਲਕਾ। ਤੇਰੀ ਰਜ਼ਾ ਤੋਂ ਬਗੈਰ ਹੋਣੀ ਸਾਡੀ ਕੋਈ ਭੁੱਲ, ਜਿਹੜਾ ਹੋਇਆ ਐਡਾ ਕੈਰ, ਉਂਝ ਪੱਤਾ ਵੀ ਨਾ ਚੁੱਲੇ ਤੇਰੀ ਰਜ਼ਾ ਤੋਂ ਬਗੈਰ। ਰੱਬਾ ਕਰ ਦੇ ਤੂੰ ਮੇਰੇ ਦੀਆਂ ਛਾਵਾਂ, ਇੰਜ ਕਿਉਂ ਰਵਾਉਣਾ ਹੈ ਮਾਲਕਾ, ਰਵਾਉਣਾ ਹੈ ਮਾਲਕਾ। ਗਲਤੀ ਜੇ ਹੋਈ ਕੋਈ ਬੱਚਿਆਂ ਨੂੰ ਮਾਫ ਕਰੀ।